कालावली के गदरान में ग्रामीणों और छात्रों ने विरोध प्रदर्शन किया है प्रदर्शन के दौरान लोगों ने हाई स्कूल के मुख्य गेट पर ताला लटका दिया ग्रामीणों की मांग है कि गांव के सरकारी हाई स्कूल में हिंदी गणित विज्ञान समेत अन्य अध्यापकों के पदों को जल्द भर दिया जाए शिक्षक नहीं होने की वजह से बच्चों की पढ़ाई पर असर पड़ रहा है राजकीय उच्च विद्यालय ग्लास पढ़ती दिया ਤੇ ਸਾਡੇ ਸਕੂਲ ਚ ਸਾਡੇ ਸਕੂਲ ਚ ਟੀਚਰਾਂ ਦੀ ਬਹੁਤ ਕਮੀ ਹੈ ਇਸ ਕਰਕੇ ਸਾਡੇ ਸਕੂਲ ਦੇ ਜਿਹੜੇ ਵਿਦਿਆਰਥੀ ਹੈ ਉਹ ਸਾਡੇ ਸਕੂਲ ਉਹ ਸਕੂਲ ਛੱਡ ਛੱਡ ਕੇ ਜਾ ਰਹੇ ਆ ਤਾਂ ਸਾਨੂੰ ਸਰਕਾਰ ਤੋਂ ਇਹੀ ਬੇਨਤੀ ਹੈ ਕਿ ਸਾਨੂੰ ਟੀਚਰ ਚਾਹੀਦੇ ਆ ਟੀਚਰ ਉਪਲਬਧ ਕਰਵਾਓ ਤਾਂ ਕਿ ਅਸੀਂ ਵੀ ਮਾਣ ਨਾਲ ਕਹਿ ਸਕੀਏ ਕਿ ਅਸੀਂ ਗਦਰਾਜ ਕੇ ਉੱਚ ਵਿਦਿਆਲਾ ਗਦਰਾਨਾ ਦੇ ਸਟੂਡੈਂਟ ਹੈ ਤਾਂ ਕਿ ਅਸੀਂ ਵੀ ਪੜ ਸਕੀਏ ਤੇ ਤਰਨਾਲ ਆ ਰਿਹਾ ਜ ਹੈ ਲਾਏ ਜਾ ਰਿਹਾ ਹੈ ਟੀਚਰਾਂ ਦੀ ਕਮੀ ਨੂੰ ਲੈ ਕੇ ਪਹਿਲਾਂ ਹੀ ਬਹੁਤ ਤਨਵਾਰ ਤਾਨੇ ਲੱਗ ਚੁੱਕੇ ਹਨ ਜੀ ਸਾਡੀ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਸੋ ਸਰਕਾਰ ਅੱਗੇ ਡੀਸੀ ਸਾਹਿਬ ਅੱਗੇ ਸਿੱਖਿਆ ਮੰਤਰੀ ਅੱਗੇ ਹੀ ਬੇਨਤੀ ਹੈ ਕਿ ਸਾਡੇ ਸਕੂਲ ਦੇ ਵਿੱਚ ਟੀਚਰਾਂ ਦੀ ਕਮੀ ਨੂੰ ਪੂਰਾ ਕਰਿਆ ਜਾਵੇ ਤਾਂ ਕਿ ਜੋ ਸਾਡੇ ਬੱਚਿਆਂ ਦਾ ਵਿਵਕ ਖਰਾਬ ਹੋ ਰਿਹਾ ਹੈ ਵਿਵਕ ਖਰਾਬ ਨਾ ਹੋਵੇ ਇਸ ਤੋਂ ਇਲਾਵਾ ਕਈ ਬੱਚੇ ਸਕੂਲ ਛੱਡ ਕੇ ਜਾ ਰਹੇ ਨੇ ਅੱਜ ਕੱਲ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਖਰਚੇ ਹਨ ਅਸੀਂ ਬੱਤੇ ਪੜਾ ਨਹੀਂ ਸਕਦੇ ਮਜ਼ਦੂਰ ਹਾਂ ਸਰਕਾਰ ਨੂੰ ਵਾਰ-ਵਾਰ ਇਹ ਹੀ ਬੇਨਤੀ ਕਰਦੇ ਹਾਂ